ਇੱਕ ਕਾਰ ਦੇ ਵਿੱਚੋਂ ASI ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ, ਜਿਸ ਦੀ ਪਹਿਚਾਣ ਬਰਜਿੰਦਰ ਸਿੰਘ ਵਜੋਂ ਹੋਈ ਹੈ, ਜੋ ਕਿ ਚੰਡੀਗੜ੍ਹ ਪੁਲਿਸ ਦੇ ਵਿੱਚ ASI ਦੇ ਅਹੁਦੇ 'ਤੇ ਤੈਨਾਤ ਸੀ। ਅਤੇ ਹੁਣ ਉਸਦੀ ਇੱਕ ਕਾਰ ਦੇ ਵਿੱਚੋਂ ਲਾਸ਼ ਮਿਲੀ ਹੈ। ਦਰਅਸਲ ਕਿਹਾ ਜਾ ਰਿਹਾ ਹੈ ਕਿ ਕਾਰ ਜੋ ਹੈ ਜਦੋਂ 40 ਸੈਕਟਰ ਦੇ ਵਿੱਚ ਖੜ੍ਹੀ ਸੀ ਤਾਂ ਉਸ ਦੇ ਵਿੱਚੋਂ ਕੋਈ ਵੀ ਆਉਂਦਾ ਜਾਂਦਾ ਨਹੀਂ ਦਿਖਿਆ ਅਤੇ ਇੱਕ ਵਿਅਕਤੀ ਬੇਹੋਸ਼ੀ ਦੀ ਹਾਲਤ ਦੇ ਵਿੱਚ ਦੇਖਿਆ ਗਿਆ। ਤਾਂ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ, ਮੌਕੇ ਦੇ ਉੱਤੇ ਪੁਲਿਸ ਪਹੁੰਚੀ ਅਤੇ ਪੁਲਿਸ ਨੇ ਜਦੋਂ ਉਸਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਤਾਂ ਉੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਤਾਂ ਦੱਸ ਦਈਏ ਕਿ ਚੰਡੀਗੜ੍ਹ ਤੋਂ ਇਹ ਮਾਮਲਾ ਸਾਹਮਣੇ ਆਇਆ, ਜਿੱਥੇ ਕਿ ਚੰਡੀਗੜ੍ਹ ਪੁਲਿਸ ਦੇ ਵਿੱਚ ਤੈਨਾਤ ਇੱਕ ASI ਦੀ ਕਾਰ ਦੇ ਵਿੱਚੋਂ ਲਾਸ਼ ਮਿਲੀ ਹੈ, ਜਿਸ ਦੀ ਪਹਿਚਾਣ ਬਰਜਿੰਦਰ ਸਿੰਘ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਇਹ ਚੰਡੀਗੜ੍ਹ ਪੁਲਿਸ ਦੇ ਵਿੱਚ ਤੈਨਾਤ ਸੀ ਅਤੇ ਇਸ ਦੇ ਉੱਤੇ 20,000 ਰੁਪਏ ਰਿਸ਼ਵਤ ਦੇ ਇਲਜ਼ਾਮ ਲੱਗੇ ਸੀ। ਹਾਲਾਂਕਿ ਇਸਦਾ ਇੱਕ ASI ਸਾਥੀ ਜੋ ਹੈ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਇਸ ਦੀ ਭਾਲ ਜੋ ਹੈ ਉਹ ਕੀਤੀ ਜਾ ਰਹੀ ਸੀ। ਤਾਂ CBI ਦੇ ਵੱਲੋਂ ਦਿਨ ਦੇ ਵੇਲੇ ਹੀ ਇਹ ਟਰੈਪ ਲਗਾਇਆ ਗਿਆ ਸੀ ਇਸਨੂੰ ਪਕੜਨ ਦੇ ਲਈ, ਪਰ ਕਿਹਾ ਜਾ ਰਿਹਾ ਕਿ ਇਹ ਫਰਾਰ ਚੱਲ ਰਿਹਾ ਸੀ, ਜਿਸ ਤੋਂ ਬਾਅਦ ਹੁਣ ਇਸਦੀ ਲਾਸ਼ ਮਿਲੀ ਹੈ। ਤਾਂ ਸੈਕਟਰ 40 ਦੇ ਵਿੱਚੋਂ ਇਸਦੀ ਲਾਸ਼ ਮਿਲੀ ਹੈ। ਖੁਦਕੁਸ਼ੀ ਕਰਨ ਦਾ ਸ਼ੱਕ ਜੋ ਹੈ ਉਹ ਜਤਾਇਆ ਜਾ ਰਿਹਾ, ਕਿਉਂਕਿ ਲਗਾਤਾਰ CBI ਇਸ ਦੇ ਪਿੱਛੇ ਪਈ ਹੋਈ ਸੀ। ਟਰੈਪ ਲਗਾਇਆ ਹੋਇਆ ਸੀ, 20,000 ਰੁਪਏ ਇੱਕ ਵਿਅਕਤੀ ਦੇ ਕੋਲੋਂ ਰਿਸ਼ਵਤ ਦੇ ਇਲਜ਼ਾਮ ਲੱਗੇ ਸੀ ਅਤੇ ਇਸ ਰਿਸ਼ਵਤ ਦੇ ਇਲਜ਼ਾਮਾਂ ਨੂੰ ਹੀ ਦੇਖਣ ਦੇ ਲਈ CBI ਦੇ ਵੱਲੋਂ ਟਰੈਪ ਲਗਾਇਆ ਹੋਇਆ ਸੀ, ਜਾਂਚ ਕੀਤੀ ਜਾ ਰਹੀ ਸੀ। ਪਰ ਕਿਹਾ ਜਾ ਰਿਹਾ ਕਿ ਇਹ 26 ਸੈਕਟਰ ਦੇ ਵਿੱਚੋਂ ਫਰਾਰ ਹੋ ਗਿਆ ਸੀ ਅਤੇ ਇਸਦੀ ਪੂਰੀ ਭਾਲ ਕੀਤੀ ਜਾ ਰਹੀ ਸੀ। ਪਰ ਜਦੋਂ ਪੁਲਿਸ ਨੂੰ ਇਸ ਦੇ ਬਾਰੇ ਪਤਾ ਲੱਗਿਆ ਤਾਂ ਮੌਕੇ 'ਤੇ ਜਦੋਂ ਪਹੁੰਚੀ ਤਾਂ ਇਸਦੀ ਪਹਿਚਾਣ ਬਰਜਿੰਦਰ ਸਿੰਘ ਵਜੋਂ ਹੋਈ, ਜਿਸ ਦੇ ਉੱਪਰ 20,000 ਦੀ ਰਿਸ਼ਵਤ ਲੈਣ ਦੇ ਇਲਜ਼ਾਮ ਲੱਗੇ ਸੀ। ਹਾਲਾਂਕਿ ਇਸਦਾ ਇੱਕ ਸਾਥੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਅਤੇ ਇਸਦੀ ਭਾਲ ਕੀਤੀ ਜਾ ਰਹੀ ਸੀ। ਪਰ ਹੁਣ ਇੱਕ ASI ਦੀ ਲਾਸ਼ ਮਿਲਣ ਦੇ ਨਾਲ ਪੂਰੇ ਚੰਡੀਗੜ੍ਹ ਪੁਲਿਸ ਦੇ ਵਿੱਚ ਖਲਬਲੀ ਮਚ ਗਈ ਹੈ।